ਦੋਸਤੋ ਟੂ-ਵੀਲਰ ਦੀ ਸੇਲਸ ਬਾਰੇ ਕਾਫੀ ਵਾਰ ਸਾਡੇ ਕੋਲ ਵੀਡੀਓ ਮਿਸ ਹੋ ਜਾਂਦੀਆਂ ਨੇ ਟਾਈਮ ਘੱਟ ਹੁੰਦਾ ਵੀਡੀਓ ਜ਼ਿਆਦਾ ਹੁੰਦੀਆਂ ਨੇ ਸੋ ਕੋਸ਼ਿਸ਼ ਕਰ ਰਹੇ ਹਾਂ ਇਸ ਮਹੀਨੇ ਸਾਰੀਆਂ ਵੀਡੀਓ ਪੂਰੀਆਂ ਕਰ ਪਾਈਏ ਸੋ ਟੂ-ਵੀਲਰ ਦੀ ਸੇਲ ਯਾਨੀ ਕਿ ਬਾਈਕਸ ਦੀ ਸੇਲ ਜਿਹੜੀ ਹੈ ਇਹ ਮਹੀਨੇ ਦੇ ਵਿੱਚ ਤੁਹਾਨੂੰ ਮੈਂ ਦੱਸ ਰਿਹਾ ਅਗਸਤ 2024 ਦੇ ਵਿੱਚ ਕੁੱਲ ਕਿੰਨੀ ਟੋਟਲ ਬਾਈਕ ਸੇਲ ਹੋਈਆਂ ਟੌਪ 15 ਮੋਟਰਸਾਈਕਲ ਕਿਹੜੇ ਸੇਲ ਹੋਏ ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ 15ਵੇਂ ਨੰਬਰ ਤੇ ਜੀ ਹੀਰੋ ਗਲੈਮਰ 16000 ਤੇ 52 ਕੁੱਲ ਸੇਲ ਹੋਏ ਆਲ ਇੰਡੀਆ ਦੇ ਵਿੱਚ ਇਕੱਲੇ ਪੰਜਾਬ ਦੀ ਸੇਲ ਨਹੀਂ ਹੈਗੀ ਇਹਦੀ ਕੀਮਤ ਦੀ ਗੱਲ ਕਰ ਲਈਏ ਤੇ ਵੇਰੀਐਂਟ ਬਹੁਤ ਜ਼ਿਆਦਾ ਹੈਗੇ ਆ ਮੋਟਰਸਾਈਕਲਾਂ ਦੇ ਵਿੱਚ ਬਾਈਕਸ ਦੇ ਵਿੱਚ ਜਿਹਦੇ ਵਿੱਚ ਤੁਸੀਂ ਤਕਰੀਬਨ 82000 ਤੋਂ ਲੈ ਕੇ ਤੇ 93000 ਰੁਪਏ ਤੱਕ ਗਲੈਮਰ ਐਕ ਸ਼ੋਰੂਮ ਪ੍ਰਾਈਜ਼ ਮਿਲ ਜਾਂਦਾ ਐ ਐਗਜ਼ੈਕਟ ਜਿਹੜੇ ਸੌਆਂ ਦੇ ਵਿੱਚ ਆ ਉਹ ਮੈਂ ਤੁਹਾਨੂੰ ਨਹੀਂ ਦੱਸ ਰਿਹਾ 14ਵੇਂ ਨੰਬਰ ਤੇ ਜੀ Splendor Super Splendor 18626 ਕੁੱਲ ਸੇਲ ਹੋਏ ਆਲ ਇੰਡੀਆ ਦੇ ਵਿੱਚ 80000 ਤੋਂ ਲੈ ਕੇ ਤੇ ਤਕਰੀਬਨ 88000 ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦਾ ਹੈ 125cc ਦੇ ਵਿੱਚ ਆਉਂਦਾ ਤਕਰੀਬਨ 55 kmpl ਦੀ ਮਾਈਲੇਜ ਇਹਦੀ ਕੰਪਨੀ ਕਲੇਮ ਕਰਦੀ ਹੈ 13ਵੇਂ ਨੰਬਰ ਤੇ ਜੀ Passion 22764 ਕੁੱਲ ਸੇਲ ਹੋਏ ਆਲ ਇੰਡੀਆ ਦੇ ਵਿੱਚ 81000 ਤੋਂ ਲੈ ਕੇ ਤੇ 85000 ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਮੋਟਰਸਾਈਕਲ ਜਿਹੜੇ ਆ ਉਹ ਤੁਹਾਨੂੰ ਹੀਰੋ ਦੇ ਦੇਖਣ ਨੂੰ ਮਿਲਣਗੇ ਹੀਰੋ ਦੀ ਸੇਲ ਕਾਫੀ ਜ਼ਿਆਦਾ ਵਧੀ ਹੈ ਇਹਦੇ ਵਿੱਚ ਜਿਹਾ ਹੀਰੋ Bajaj ਔਰ TVS ਤਿੰਨ ਵੱਡੀਆਂ ਕੰਪਨੀਆਂ ਨੇ ਇੰਡੀਆ ਦੇ ਵਿੱਚ 12ਵੇਂ ਨੰਬਰ ਤੇ ਜੀ ਪਲਸਰ ਪਲਸਰ 3137 ਕੁੱਲ ਸੇਲ ਹੋਏ ਹੈ ਪਲਸਰ ਵੀ ਇਹਦੇ ਵਿੱਚ ਤੁਹਾਨੂੰ ਦੋ ਵਾਰ ਦੇਖਣ ਨੂੰ ਮਿਲਣਗੇ ਪਲਸਰ ਦੇ ਵਿੱਚ ਇੰਨੀ ਜ਼ਿਆਦਾ ਕੈਟਾਗਰੀ ਹੈਗੀ ਹੈ ਇੰਨੇ ਜ਼ਿਆਦਾ ਰੇਟ ਦੇ ਵਿੱਚ ਫਰਕ ਹੈਗਾ ਸੋ ਇਸ ਕਰਕੇ ਲੱਗ-ਲੱਗ ਦੱਸਣੇ ਪੈਂਦੇ ਨੇ ਸੋ ਇਹਦੀ ਕੀਮਤ ਦੀ ਗੱਲ ਕਰ ਲਈਏ ਤੇ ਤਕਰੀਬਨ 1,11,000 ਤੋਂ ਲੈ ਕੇ 1,18,000 ਦੇ ਵਿੱਚ ਮਿਲ ਜਾਂਦੇ ਆ ਐਨ ਦੇ ਵਿੱਚ ਜਾਂਦੇ ਹੋ ਤੇ 1,24,000 ਤੋਂ 1,25,26,000 ਰੁਪਏ ਤੱਕ ਐਕਸ ਸ਼ੋਰੂਮ ਪ੍ਰਾਈਸ ਮਿਲ ਜਾਂਦੇ ਆ ਔਰ 11ਵੇਂ ਨੰਬਰ ਤੇ ਜੀ Honda Shine 100 cc ਦੇ ਵਿੱਚ 25,334 ਕੁੱਲ ਸੇਲ ਹੋਏ ਆ 65,000 ਰੁਪਏ ਦਾ ਇਹਦਾ ਇੱਕੋ ਵੇਰੀਐਂਟ ਮਿਲਦਾ 10ਵੇਂ ਨੰਬਰ ਤੇ PVS Rider 26923 ਕੁੱਲ ਸੇਲ ਹੋਇਆ 97000 ਤੋਂ ਲੈ ਕੇ 108000 ਰੁਪਏ ਤੱਕ ਐਕਸ਼ੋਰਮ ਪ੍ਰਾਈਸ ਮਿਲ ਜਾਂਦੇ ਆ 9ਵੇਂ ਨੰਬਰ ਤੇ ਜੀ Hero Extreme 27000 ਤੇ 668 ਕੁੱਲ ਸੇਲ ਹੋਇਆ 97000 ਤੋਂ ਲੈ ਕੇ ਤੇ 102000 ਰੁਪਏ ਤੱਕ ਐਕਸ਼ੋਰਮ ਪ੍ਰਾਈਸ ਮਿਲ ਜਾਂਦੇ ਆ 8ਵੇਂ ਨੰਬਰ ਤੇ ਜੀ Royal Enfield ਦਾ Classic 28000 ਤੇ 450 ਕੁੱਲ ਸੇਲ ਹੋਇਆ ਆਲ ਇੰਡੀਆ ਦੇ ਵਿੱਚ 199000 ਤੋਂ ਲੈ ਕੇ 230000 ਰੁਪਏ ਤੱਕ ਐਕਸ਼ੋਰਮ ਪ੍ਰਾਈਸ ਮਿਲ ਜਾਂਦਾ ਔਰ 7ਵੇਂ ਨੰਬਰ ਤੇ ਜੀ ਉਪਾਚੀ 30000 ਤੇ 38 ਕੁੱਲ ਸੇਲ ਹੋਏ ਆ ਆਲ ਇੰਡੀਆ ਦੇ ਵਿੱਚ 124000 ਤੋਂ ਲੈ ਕੇ 150000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦਾ ਹੈ ਉਪਾਚੀ 6ਵੇਂ ਨੰਬਰ ਤੇ ਜੀ Honda Unicorn 31451 ਕੁੱਲ ਸੇਲ ਹੋਏ ਆ 110000 ਰੁਪਏ ਦਾ ਦਾ ਇੱਕੋ ਹੀ ਵੇਰੀਐਂਟ ਮਿਲਦਾ ਹੈ 5ਵੇਂ ਨੰਬਰ ਤੇ ਜੀ Platinum 44915 ਕੁੱਲ ਸੇਲ ਹੋਏ ਹੈ ਕਾਫੀ ਜ਼ਿਆਦਾ ਵਧੀਆ ਮਾਈਲੇਜ ਦੇ ਨਾਲ ਆਉਂਦਾ ਹੈ 68000 ਤੋਂ ਲੈ ਕੇ 80000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦਾ ਹੈ ਚੌਥੇ ਨੰਬਰ ਤੇ ਜੀ ਪਲਸਰ 125 ਦੇ ਵਿੱਚ 67850 ਕੁੱਲ ਸੇਲ ਹੋਏ ਹੈ 85000 ਤੋਂ ਲੈ ਕੇ 95000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦਾ ਹੈ ਔਰ ਤੀਸਰੇ ਨੰਬਰ ਤੇ ਜੀ ਐਚਐਫਟੀ ਲੈਕਸ ਕਾਫੀ ਜ਼ਿਆਦਾ ਘੱਟ ਕੀਮਤ ਦੇ ਵਿੱਚ ਵਧੀਆ ਪ੍ਰੋਡਕਟ ਮਿਲ ਜਾਂਦਾ ਹੈ 84607 ਕੁੱਲ ਸੇਲ ਹੋਏ ਆਲ ਇੰਡੀਆ ਦੇ ਵਿੱਚ 65000 ਤੋਂ ਲੈ ਕੇ 68000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦਾ ਹੈ ਔਰ ਦੂਸਰੇ ਨੰਬਰ ਤੇ Honda Shine 149697 ਟੋਟਲ ਸੇਲ ਹੋਏ ਆ ਆਲ ਇੰਡੀਆ ਦੇ ਵਿੱਚ 81000 ਤੋਂ ਲੈ ਕੇ 85000 ਰੁਪਏ ਤੱਕ ਐਕਸ਼ੋਰਮ ਪ੍ਰਾਈਸ ਮਿਲ ਜਾਂਦਾ ਦੂਸਰੇ ਨੰਬਰ ਤੇ Honda Shine ਔਰ SP 125 ਦੋ ਹੈਗੇ ਨੇ ਸੇਮ ਸੇਲ ਹੋਏ ਆ 149697 ਔਰ SP Shine ਦੀ ਕੀਮਤ ਹੈਗੀ 87000 ਤੋਂ ਲੈ ਕੇ 91000 ਰੁਪਏ ਤੱਕ ਐਕਸ਼ੋਰਮ ਪ੍ਰਾਈਸ ਔਰ ਪਹਿਲੇ ਨੰਬਰ ਤੇ ਜੀ Splendor 284300 ਅੱਠ ਟੋਟਲ ਕੁੱਲ ਸੇਲ ਹੋਏ ਆ ਜਿੰਨੇ ਬਾਕੀ ਸਾਰੇ ਟੂ-ਵੀਲਰ ਸੇਲ ਹੁੰਦੇ ਆ ਉਹਨੇ ਇਕੱਲਾ ਸਪਲੈਂਡਰ ਸੇਲ ਹੁੰਦਾ 74000 ਤੋਂ ਲੈ ਕੇ ਤੇ 83000 ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਸਪਲੈਂਡਰ ਮਿਲ ਜਾਂਦਾ ਸੋ ਇਧਰ ਮੋਟਰਸਾਈਕਲਾਂ ਦੇ ਵਿੱਚ ਸਪਲੈਂਡਰ ਦੀ ਸੇਲ ਬਹੁਤ ਜ਼ਿਆਦਾ ਉਧਰ ਸਕੂਟਰਾਂ ਦੇ ਵਿੱਚ ਐਕਟਿਵਾ ਦੀ ਸੇਲ ਬਹੁਤ ਜ਼ਿਆਦਾ ਹੈਗੀ ਆ ਸੋ ਇਹ ਸੀਗੀ ਸਾਰੀ ਗੱਲਬਾਤ ਟੂ-ਵੀਲਰ ਦੀ ਸੇਲਸ ਬਾਰੇ ਜਿਹੜੇ ਅਗਸਤ 2024 ਦੇ ਵਿੱਚ ਸੇਲ ਹੋਏ ਆ ਮਿਲਦੇ ਆ ਜੀ ਫੇਰ ਨਵੀਂ ਮੀਟਿੰਗ ਦੇ ਨਾਲ ਧੰਨਵਾਦ